ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਸੈਲਕਿਆਣਾ ਅਤੇ ਪੁਆਰੀ ਬੰਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ। ਬੰਨ ਦੀ ਚੌੜਾਈ ਸਿਰਫ 2 ਫੁੱਟ ਬਚੀ। ਪਿੰਡ ਸੈਲਕਿਆਣਾ ਅਤੇ ਪੁਆਰੀ ਪਿੰਡ ਦੇ ਨਾਲ ਲੱਗਦੇ ਤੁਸੀਂ ਬੰਨ ਦੀ ਚੌੜਾਈ ਸਿਰਫ 2 ਫੁੱਟ ਹੀ ਬਚੀ ਹੈ। ਕਰੇਟ ਬਣਾ ਕੇ ਸੁੱਟਣ ਨਾਲ ਪਾਣੀ ਦਾ ਰੁੱਖ ਦੂਜੇ ਪਾਸੇ ਵੱਲ ਹੁੰਦਾ ਨਜ਼ਰ ਆ ਰਿਹਾ ਹੈ। ਹਫ਼ਤੇ ਦੌਰਾਨ ਪਾਣੀ 'ਤੇ ਕਾਬੂ ਪਾਉਣ ਲਈ ਯਤਨ ਕੀਤਾ ਜਾ ਰਿਹਾ ਹੈ। ਦਰਿਆ ਦੇ ਅੰਦਰ ਝੋਨੇ ਅਤੇ ਹਰੇ ਚਾਰੇ ਦੇ ਕਰੀਬ 150 ਕਿੱਲੇ ਜਲਮਗਨ ਹੋ ਚੁੱਕੇ ਹਨ। ਖੇਤ 'ਚ ਲੱਗਾ ਬਿਜਲੀ ਦਾ ਟਰਾਂਸਫਾਰਮ ਬਚਾ ਲਿਆ ਗਿਆ ਹੈ, ਪਰ ਨਾਲ ਲੱਗਦੀ ਬਿਜਲੀ ਦੀ ਮੋਟਰ ਦੀ ਕੋਠੀ ਅਤੇ ਨਾਲ ਲੱਗਦੇ ਦਰਖਤ ਦਾ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਚਲੇ ਗਏ ਹਨ। ਇਸ ਮੌਕੇ ਕਰੀਬ 150 ਨਰੇਗਾ ਵਰਕਰ ਬੋਰੇ ਭਰ ਕੇ ਦੇ ਰਹੇ ਹਨ ਦਰਿਆ ਦੇ ਪਾਣੀ ਦੇ ਬਹਾਅ ਨੂੰ ਰੋਕਣ ਲਈ। ਜਦੋਂ ਰਾਮ ਰਤਨ ਐਕਸ਼ੀਅਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਰ ਸਾਲ ਬਰਸਾਤਾਂ ਦੇ ਦਿਨਾਂ 'ਚ ਹੜ੍ਹ ਰੋਕੂ ਕੰਮ ਕਰਵਾਏ ਜਾਂਦੇ ਹਨ, ਪਰ ਪਿੰਡ ਸੈਲਕਿਆਣਾ ਅਤੇ ਪੁਆਰੀ ਤੁਸੀਂ ਬੰਨ 'ਤੇ ਕੰਮ ਕਰਵਾਉਣ ਦੀ ਜ਼ਰੂਰਤ ਨਹੀਂ ਸੀ। ਦੂਜੇ ਪਾਸੇ ਬੰਨ ਦੇ ਨਾਲ ਲੱਗਦੇ ਪਿੰਡ ਵਾਸੀਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਾਡੇ ਪਿੰਡ ਦੇ ਨਾਲ ਲੱਗਦੇ ਤੁਸੀਂ ਬੰਨ ਦੇ ਕਿਸੇ ਨੇ ਵੀ 1 ਪੈਸੇ ਦਾ ਕੰਮ ਨਹੀਂ ਕੀਤਾ, ਸਗੋਂ ਅਸੀਂ ਆਪਣੇ ਟਰੈਕਟਰ ਟਰਾਲੀਆਂ ਅਤੇ JBC ਨਾਲ ਜੋ ਵੀ ਕੰਮ ਕਾਜ ਕਰਦੇ ਹਾਂ ਉਹ ਆਪ ਕਰਦੇ ਹਾਂ। ਬੂਟਾ ਸਿੰਘ ਢਿੰਸਾ ਆਪਰਾ ਦੀ ਰਿਪੋਰਟ। ਅਸੀਂ ਪਿੰਡ ਪਾਲਣੋ ਤੋਂ ਆਏ ਹਾਂ। ਅਸੀਂ ਇੱਥੇ ਨਰੇਗਾ ਵਰਕਰ ਆਏ ਹਾਂ। ਆਹ ਸਾਨੂੰ ਸੱਦਿਆ ਗਿਆ ਸੀ ਦਿਹਾੜੀ ਤੌਰ 'ਤੇ। ਸਾਨੂੰ ਸਾਡੀ ਅੱਜ ਸੰਡੇ ਦੀ ਛੁੱਟੀ ਸੀਗੀ। ਸਾਨੂੰ ਇਹ ਨਹੀਂ ਪਤਾ ਕਿ ਇਹ ਸਾਡੀ ਦਿਹਾੜੀ ਪਊਗੀ ਜਾਂ ਨਹੀਂ ਪਊਗੀ, ਪਰ ਅਸੀਂ ਆਪਣੇ ਕੋਲ 50-50 ਰੁਪਈਏ ਲਾ ਕੇ ਆਏ ਹਾਂ। ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੀ ਦਿਹਾੜੀ ਸਾਨੂੰ ਦੇ ਗਈ ਸਰਕਾਰ ਜਾਂ ਨਹੀਂ ਦੋਗੀ। ਦੇਖੋ, ਖਤਰੇ ਦਾ ਕੰਮ ਹੈ, ਜਿਹੜਾ ਨੌਜਵਾਨਾਂ ਦਾ ਕੰਮ ਸੀ ਅਸੀਂ ਲੇਡੀਜ਼ ਕਰਦੇ ਪਏ ਹਾਂ, ਜਿਹੜਾ ਮਸ਼ੀਨਾਂ ਦਾ ਕੰਮ ਹੈ ਅਸੀਂ ਹੱਥੀ ਕਰਦੇ ਪਏ ਹਾਂ। ਤੁਸੀਂ ਕਿੰਨੇ ਚਿਰ ਤੋਂ ਇੱਥੇ ਆਏ ਹੋ? ਅਸੀਂ ਅੱਜ ਸਵੇਰੇ ਹੀ ਆਏ ਹਾਂ, ਪਹਿਲਾ ਹੀ ਦਿਨ ਸੀ। ਹਾਂਜੀ, ਪਹਿਲਾ ਦਿਨ ਅੱਜ ਸਾਡਾ, ਅਸੀਂ ਸਵੇਰੇ ਤੋਂ ਆਏ ਹਾਂ। ਫਿਰ ਸਾਨੂੰ ਭਾਜੀ ਸੈਲਰੀ ਜਿਹੜੀ ਉਹ ਟਾਈਮ ਨਾਲ ਨਹੀਂ ਮਿਲਦੀ ਹੈਗੀ। ਦੇਖ ਲਓ, ਅਸੀਂ ਕਰਦਾ ਕੰਮ 2-3 ਮਹੀਨੇ ਹੋ ਗਏ, ਸਾਨੂੰ ਨਰੇਗਾ 'ਚ ਕੋਈ ਸੈਲਰੀ ਨਹੀਂ ਹਜੇ ਤੱਕ ਪਹੁੰਚੀ ਹੈਗੀ। ਭਾਵੇਂ ਅਸੀਂ ਪਿੰਡ 'ਚ ਵੀ ਕੰਮ ਕੀਤਾ ਪਰ ਸਾਨੂੰ ਸੈਲਰੀ ਨਹੀਂ ਪਹੁੰਚੀ। ਕਿੰਨੀ ਦਿਹਾੜੀ ਤੁਹਾਡੀ? 247 ਭਾਜੀ ਦਿਹਾੜੀ ਆ, ਸਰਕਾਰ ਉਹ ਵੀ ਨਹੀਂ ਟਾਈਮ ਨਾਲ ਦੇਣ ਡਈ ਸਾਨੂੰ। ਸਾਨੂੰ ਦੇਖ ਲਓ, ਸਰਕਾਰ ਜਿੱਥੇ ਕਹਿੰਦੀ ਅਸੀਂ ਉਹਨਾਂ ਪਹੁੰਚਦੇ ਹਾਂ, ਪਰ ਜਦੋਂ ਸਰਕਾਰ ਦਾ ਪੈਸੇ ਦੇਣ ਦਾ ਟਾਈਮ ਆਉਂਦਾ ਉਦੋਂ ਸਰਕਾਰ ਸਾਨੂੰ ਪੈਸੇ ਦਿੰਦੀ ਨਹੀਂ ਹੈਗੀ। ਸਾਨੂੰ ਕੰਮ 'ਤੇ ਕਹਿੰਦੀ ਇੱਥੇ ਆ ਜਾਓ, ਇੱਥੇ ਆ ਜਾਓ, ਅਸੀਂ ਜਾਂਦੇ ਹਾਂ, ਪਰ ਇਹ ਨਹੀਂ ਹੈਗਾ ਕਿ ਸਾਨੂੰ ਜਦੋਂ ਦਿਹਾੜੀ ਦੇਣ ਦਾ ਟਾਈਮ ਆਉਂਦਾ ਹੈ ਸਰਕਾਰ ਹੱਥ ਝਾੜ ਦਿੰਦੀ ਆ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਦਿਹਾੜੀ ਵੀ ਵਧਾਈ ਜਾਵੇ। ਜੇ ਸਰਕਾਰ ਸਾਨੂੰ ਇਹ ਮਤਲਬ ਸਾਨੂੰ ਔਖੇ ਕੰਮਾਂ 'ਚ ਲਾਉਂਦੀ ਹੈ ਤਾਂ ਅਸੀਂ ਇਹ ਵੀ ਕਹਿੰਦੇ ਕਿ ਸਾਡੀ ਦਿਹਾੜੀ ਵੀ ਵਧਾਈ ਜਾਵੇ। ਹਾਂਜੀ, 247 ਦੇ ਅਸੀਂ ਇੱਥੇ ਦਿਹਾੜੀ ਕਰਦੇ ਪਏ ਹਾਂ। ਜੋ ਮਸ਼ੀਨਰੀ ਦਾ ਕੰਮ ਹੈ ਅਸੀਂ ਹੱਥੀ ਕਰਦੇ ਪਏ ਹਾਂ। 247 ਰੁਪਏ ਮਿਲਦੀ ਹੈ? 247 ਤੁਹਾਨੂੰ ਇੰਨਾ ਪਤਾ ਵੀ ਜਿਹੜਾ ਤੁਸੀਂ ਕੰਮ ਕਰਦੇ ਆ ਡੇਂਜਰਸ ਆ, ਮਸ਼ੀਨਰੀ ਦਾ ਕੰਮ ਆ, ਤੁਹਾਨੂੰ ਨਹੀਂ ਹੋਣਾ ਚਾਹੀਦਾ। ਹਾਂਜੀ, ਪਰ ਫੇਰ ਵੀ ਅਸੀਂ ਹੱਥਾਂ ਨਾਲ ਕਰਦੇ ਪਏ ਹਾਂ ਇਹ ਕੰਮ। ਅਸੀਂ 247 ਚ ਅਸੀਂ 50 ਰੁਪਏ ਕਿਰਾਇਆ ਲੈ ਕੇ ਆਏ। ਸਾਨੂੰ ਇਹ ਨੀ ਪਤਾ ਸਰਕਾਰ ਸਾਡੀ ਇਹ 247 ਪਾਊਗੀ ਜਾਂ ਨਹੀਂ ਪਾਊਗੀ। ਕਿਹੜੇ ਪਿੰਡ ਆਏ ਤੁਸੀਂ? ਅਸੀਂ ਪਾਲਣੋ ਤੋਂ ਆਏ ਜੀ। ਪਾਲਣੋ ਆਏ ਹੋ? ਮੇਰੇ ਕੋਲ ਜੀ ਨਵਾਂ ਸ਼ਹਿਰ ਦੇ ਵਿੱਚ ਢੈਂਗੜਪੁਰ ਤੋਂ ਲੈ ਕੇ ਜੋ ਨਵੇਂ ਸ਼ਹਿਰ 'ਚ ਪੈਂਦਾ ਸ਼ਾਹਕੋਟ ਦੇ ਵਿੱਚ ਬਾਊਪੁਰ ਕੰਪਲੈਕਸ ਤੱਕ ਸਤਲੁਜ ਦਰਿਆ ਦਾ ਸੱਜਾ ਬੰਦ ਜਿਹੜਾ ਉਹ ਮੇਰੀ ਡਿਵੀਜ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਨਹੀਂ, ਫੰਡਸ ਆਏ ਜਿੱਥੇ ਸਾਨੂੰ ਜ਼ਰੂਰਤ ਸੀਗੀ, ਨਸੈਸਿਟੀ ਸੀਗੀ, ਜਿਹੜੀ ਵਲਨਰੇਬਲ ਰੀਚੀ ਸੀਗੀ ਉੱਥੇ ਅਸੀਂ ਨਵੀਆਂ ਸਟਰਕਚਰਸ ਵੀ ਲਾਈਆਂ, ਪਿਛਲੇ ਕੰਮਾਂ ਦੀ ਰਿਪੇਅਰ ਵੀ ਕੀਤੀ। ਜਿਹੜਾ ਝੁੱਗੀਆਂ ਮਹਾਂ ਸਿੰਘ ਦੇ ਨੇੜੇ ਜਿੱਥੋਂ ਮਾਈਨਿੰਗ ਦੇ ਟਰੱਕ ਅਕਸਰ ਲੰਘਦੇ ਆ, ਉੱਥੋਂ ਬੰਦ ਨੀਵਾਂ ਮਤਲਬ ਪਿਛਲੇ 8-10 ਸਾਲਾਂ ਤੋਂ ਦੇਖਿਆ ਜਾ ਰਿਹਾ। ਕੀ 8-10 ਸਾਲਾਂ ਦੇ ਕਦੇ ਕੋਈ ਫੰਡ ਆਏ ਨਹੀਂ ਹੈਗੇ ਜਿਹੜੇ? ਨਹੀਂ, ਫੰਡਸ ਆਉਂਦੇ ਆ ਜਿੱਥੇ ਨਸੈਸਿਟੀ ਹੁੰਦੀ ਆ ਉੱਥੇ ਅਸੀਂ ਬੰਦ ਦੀ ਰੇਜ਼ਿੰਗ ਕਰਦੇ ਹਾਂ।
ਪਰ ਸਰ ਲੋਕਾਂ ਦੇ ਕਹਿਣ ਮੁਤਾਬਕ ਬਈ ਉਹ ਕਹਿ ਰਹੇ ਆ ਜਿਹੜੇ ਬੰਨ ਦੇ ਨਾਲ ਪਿੰਡ ਆ ਉਹਨਾਂ ਦਾ ਇਹ ਦੋਸ਼ ਆ ਵੀ ਸਾਡੇ ਪਿੰਡਾਂ ਦੇ ਨਾਲ ਬੰਨਾਂ 'ਤੇ ਕਦੇ ਵੀ ਕਿਸੇ ਨੇ ਆ ਕੇ ਇੱਕ ਰੁਪਏ ਦਾ ਕੰਮ ਨਹੀਂ ਕੀਤਾ। ਜਿਹੜੇ ਲੋਕ ਜ਼ਿਮੀਂਦਾਰ ਆ ਉਹ ਆਪਣੀਆਂ ਟਰਾਲੀਆਂ ਅਤੇ ਆਪਣੀਆਂ ਜੀਵੀਸੀਆਂ ਦੇ ਨਾਲ ਬੰਨਾਂ 'ਤੇ ਮਿੱਟੀ ਲਾਉਂਦੇ ਆ, ਜੋ ਵੀ ਕੋਈ ਵੀ ਕਾਰਜ ਆ ਉਹ ਆਪ ਖੁਦ ਕਰਦੇ ਆ। ਕਹਿੰਦੇ ਸਾਨੂੰ ਕਦੀ ਕਿਸੇ ਪ੍ਰਸ਼ਾਸਨ ਵੱਲੋਂ ਜਾਂ ਡਰੇਨ ਵਿਭਾਗ ਵੱਲੋਂ ਕੋਈ ਮਦਦ ਨਹੀਂ ਮਿਲੀ। ਹਰ ਸਾਲ ਸਰਕਾਰ ਵੱਲੋਂ ਬਰਸਾਤਾਂ ਤੋਂ ਪਹਿਲਾਂ ਹੜ੍ਹ ਰੋਕੂ ਕੰਮ ਕਰਵਾਏ ਜਾਂਦੇ ਆ, ਜਿੱਥੇ ਬੰਨ ਦੀ ਰੇਜ਼ਿੰਗ ਦੀ ਜ਼ਰੂਰਤ ਆ ਉੱਥੇ ਕਰਵਾਈ ਜਾਂਦੀ ਆ, ਜਿੱਥੇ ਪਿੰਡਾਂ ਵਾਲਿਆਂ ਤੋਂ ਹੈਲਪ ਦੀ ਲੋੜ ਹੁੰਦੀ ਆ ਹੰਗਾਮੀ ਹਾਲਤ ਦੇ ਵਿੱਚ ਉਹ ਬਿਲਕੁਲ ਲਈ ਜਾਂਦੀ ਆ, ਇਹ ਜਾਇਜ਼ ਆ ਗੱਲ। ਸਰ ਤੁਸੀਂ ਤੁਹਾਡੇ ਕਹਿਣ ਮੁਤਾਬਕ ਬਈ ਹਰ ਸਾਲ ਬਰਸਾਤ ਤੋਂ ਪਹਿਲਾਂ ਵੀ ਪੁਖਤਾ ਪ੍ਰਬੰਧ ਜਿਹੜਾ ਵਿਭਾਗ ਵੱਲੋਂ ਕਰਵਾਏ ਜਾਂਦੇ ਕੀ ਜਿੱਥੇ ਆਪਾਂ ਖੜ੍ਹੇ ਹਾਂ ਇਸ ਸਾਲ ਮੀਂਹ ਤੋਂ ਪਹਿਲਾਂ ਬਰਸਾਤ ਤੋਂ ਪਹਿਲਾਂ ਇਸ ਲੋਕੇਸ਼ਨ ਦੇ ਉੱਤੇ ਵੀ ਕੋਈ ਪ੍ਰਬੰਧ ਕਰਵਾਏ ਗਏ? ਇਸ ਲੋਕੇਸ਼ਨ ਦੇ ਉੱਤੇ ਬਰਸਾਤਾਂ ਤੋਂ ਪਹਿਲਾਂ ਕੋਈ ਹੜ੍ਹ ਰੋਕੂ ਕੰਮ ਕਰਵਾਉਣ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਇੱਥੇ ਬਰਮ ਕਾਫੀ ਅਵੇਲੇਬਲ ਸੀ। ਅਤੇ ਸਰ ਕਿੰਨੀ ਕੁ ਜ਼ਮੀਨ ਜਿਹੜੀ ਆ ਇੱਥੇ ਜਿਹੜੀ ਦਰਿਆ ਦੇ ਵਿੱਚ ਸੀਗੀ ਜਿਹੜੀ ਉਹ ਤਬਾਹ ਹੋ ਚੁੱਕੀ ਆ ਪਾਣੀ? ਇਹ 150 ਤੋਂ 150 ਫੁੱਟ ਦੇ ਕਰੀਬ ਜਿਹੜੀ ਹੈਗੀ ਆ ਖੁਰ ਚੁੱਕੀ ਆ। ਇਹ ਸਰ ਜਿਹੜੀ ਪ੍ਰੋਬਲਮ ਆਈ ਇਹਦਾ ਕੀ ਕਾਰਨ ਹੈ? ਇਹ ਇਸ ਤਰ੍ਹਾਂ ਜੀ, ਦਰਿਆ ਦਾ ਜਿਹੜਾ ਵਹਾਓ ਹੁੰਦਾ ਉਹਦਾ ਪੈਟਰਨ ਜਿਹੜਾ ਬਦਲਦਾ ਰਹਿੰਦਾ, ਉਹਨੂੰ ਮੀਂਡਰਿੰਗ ਐਕਸ਼ਨ ਕਹਿੰਦੇ ਆ। ਇੱਕ ਪਾਸੇ ਉਹ ਖੱਬੇ ਬੰਨ੍ਹ ਦੇ ਨਾਲ ਚੱਲਣ ਲੱਗ ਪੈਂਦਾ, ਦੂਸਰੇ ਪਾਸੇ ਸੱਜੇ ਬੰਨ੍ਹ 'ਤੇ ਮਾਰ ਕਰਨ ਲੱਗ ਪੈਂਦਾ। ਇਹਦਾ ਜਿਹੜਾ ਇਹ ਬਿਹੇਵੀਅਰ ਆ ਇਹ ਕੁਦਰਤੀ ਆ, ਇਹਦੇ ਵਿੱਚ ਕਿਸੇ ਦਾ ਕੋਈ ਮਤਲਬ ਕੋਈ ਇਹਦੇ 'ਚ ਕੁਛ ਨਹੀਂ ਕਰ ਸਕਦਾ। ਇਸ ਵੇਲੇ ਜਿਹੜੀ ਪੁਜੀਸ਼ਨ ਆ ਸਾਡਾ ਬੰਨ੍ਹ ਬਿਲਕੁਲ ਸੇਫ ਹੈ ਅਤੇ ਪਾਣੀ ਦਾ ਜਿਹੜਾ ਪੱਧਰ ਆ ਉਹ ਡਾਊਨ ਹੋ ਚੁੱਕਾ। ਅਤੇ ਸਰ ਜਿਹੜੇ ਕੰਮ ਕਰ ਰਹੇ ਆ ਵਰਕਰ ਇਸ ਵੇਲੇ ਕਾਫੀ ਮਤਲਬ 300-400 ਬੰਦਾ ਇਸ ਵੇਲੇ ਇਸ ਬੰਨ੍ਹ ਦੇ ਉੱਤੇ ਮੌਜੂਦ ਆ ਜੀ, ਅਤੇ ਕਿਸ ਨੇ ਮਤਲਬ ਕਿੱਥੋਂ ਆਏ ਆ ਇਹ ਲੋਕ? ਇਹ ਮਤਲਬ ਸੰਸਥਾਵਾਂ ਵੱਲੋਂ ਆਏ ਗਏ ਆ ਜਾਂ ਕੋਈ ਪਿੰਡਾਂ ਦੇ ਲੋਕ ਆ ਜਾਂ ਕੌਣ ਲੋਕ ਨੇ ਜਿਹੜੇ ਕੰਮ ਕਰ ਰਹੇ ਨੇ? ਇਹ ਜਿਹੜੇ ਆ ਨਾ ਜੀ ਠੇਕੇ ਕੰਟਰੈਕਟਰ ਦੀ ਲੇਬਰ ਹੈ ਜੀ, ਅਤੇ ਕਾਫੀ ਲੇਬਰ ਜਿਹੜੀ ਹੈਗੀ ਆ ਨਰੇਗਾ ਦੀ ਹੈ। ਕੀ ਸਰ ਇਹਨਾਂ ਲਈ ਕੋਈ ਐਂਬੂਲੈਂਸ ਜਾਂ ਮੈਡੀਕਲ ਫੈਸਿਲਿਟੀਆਂ ਇੱਥੇ ਅਵੇਲੇਬਲ ਹੈ? ਹਾਂ, ਲੋੜ ਪੈਣ 'ਤੇ ਜਿਹੜੇ ਹੈਲਥ ਵਾਲੇ ਇੰਸਪੈਕਟਰ ਇੱਥੇ ਆਪਣੇ ਕੋਲ ਬੈਠੇ ਨੇ, ਉਹ ਜਦੋਂ ਵੀ ਜਿਹੜੀ ਵੀ ਜ਼ਰੂਰਤ ਹੋਵੇ ਉਹ ਮੁਹੱਈਆ ਕਰਾ ਦੇਣਗੇ। ਧੰਨਵਾਦ।